ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਅਜਨਾਲੇ ਦੇ ਵਿੱਚ ਕੋਈ ਨੌਜਵਾਨ ਆਪੋ 'ਚ ਲੜ ਪਏ, ਨੌਜਵਾਨਾਂ ਨੇ ਕੋਈ ਆਪੋ 'ਚ ਕੋਈ ਉੱਥੇ ਗੁੰਡਾਗਰਦੀ ਹੋਈ ਹੈ। ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਕਾਂਗਰਸ ਦੀ ਰੈਲੀ ਹੋ ਰਹੀ ਸੀ, ਕਾਂਗਰਸ ਦੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਸੀ ਅਤੇ ਬਾਹਰ ਕਹਿੰਦੇ ਝਗੜਾ ਹੋ ਗਿਆ। ਔਰ ਮੈਂ ਬੜਾ ਹੈਰਾਨ ਹੈ ਕਿ ਸਾਡਾ ਉਮੀਦਵਾਰ ਜਿਹੜਾ ਬਹੁਤ ਬੁਰੀ ਤਰ੍ਹਾਂ ਮਤਲਬ ਧੈਸ਼ ਦੇ ਵਿੱਚ ਹੈ, ਬਿਨਾਂ ਸੋਚੇ ਸਮਝੇ ਔਰ ਲੜਾਈ ਨੂੰ ਸਾਡੇ ਨਾਲ ਜੋੜਤਾ। ਮੈਂ ਤੁਹਾਨੂੰ ਇਲਾਕਾ ਨਿਵਾਸੀਓ ਦੱਸਣਾ ਚਾਹੁੰਦਾ, ਅਜਨਾਲਾ ਨਿਵਾਸੀਓ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੋ ਜਿਹੀਆਂ ਘਟੀਆ ਕਾਰਵਾਈਆਂ ਨਹੀਂ ਕਰਦਾ। ਇਹ ਗੁੰਡਾਗਰਦੀ, ਇਹ ਲੜਾਈਆਂ, ਇਹ ਸਾਰਾ ਕੁਛ ਇਹ ਕਾਂਗਰਸੀਆਂ ਦੇ ਕੰਮ ਹੈ, ਇਹ ਸਾਡੇ ਕੰਮ ਨਹੀਂ। ਆਮ ਆਦਮੀ ਪਾਰਟੀ ਇਹ ਕੰਮ ਨਹੀਂ ਕਰਦੀ, ਨਾ ਇਸ ਲੜਾਈ ਨਾਲ ਸਾਡਾ ਕੋਈ ਵਾਸਤਾ, ਨਾ ਵਾਹ ਨਾ ਵਾਸਤਾ। ਔਰ ਦੂਜੀ ਗੱਲ, ਜਾਣ ਕੇ ਕਹਿ ਦਿੱਤਾ ਗਿਆ ਕਿ ਮੇਰੀ ਉੱਥੇ ਕੋਈ ਰਿਸ਼ਤੇਦਾਰੀ, ਅੱਗੋਂ ਦੌਲਕ ਮੇਰੀ ਕੋਈ ਰਿਸ਼ਤੇਦਾਰੀ ਨਹੀਂ। ਸਾਡੀ ਪਾਰਟੀ ਦੇ ਉੱਥੇ ਆਗੂ ਜਰਨੈਲ ਸਿੰਘ ਨੇ, ਜਿਹੜੇ ਪਿੰਡ ਦੇ ਸੈਕਟਰੀ ਨੇ, ਕੋਈ ਕਿਸੇ ਕਿਸਮ ਦੀ ਕੋਈ ਰਿਸ਼ਤੇਦਾਰੀ ਨਹੀਂ। ਕਿਹਦਾ ਝਗੜਾ ਹੋਇਆ, ਕਿਹਦਾ ਨਹੀਂ ਹੋਇਆ, ਇਹ ਵੀ ਨਹੀਂ ਮੈਨੂੰ ਪਤਾ, ਪਰ ਇਹ ਪਤਾ ਲੱਗਾ ਕਿ ਨੌਜਵਾਨਾਂ ਦਾ ਝਗੜਾ ਹੋਇਆ। ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਨਾਲ ਨਾ ਕੋਈ ਸੰਬੰਧ ਹੈ, ਨਾ ਅਸੀਂ ਇੱਦਾਂ ਦੇ ਝਗੜੇ ਕਰਦੇ ਹਾਂ। ਅਸੀਂ ਵਿਕਾਸ ਦਾ ਕੰਮ ਕਰਦੇ ਹਾਂ ਸਰ। 2 ਸਾਲ ਦੇ ਵਿੱਚ ਅਸੀਂ ਅਜਨਾਲੇ ਦੇ ਸਭ ਥਾਣਿਆਂ ਦੇ ਵਿੱਚ ਕਿਸੇ 'ਤੇ ਨਜਾਇਜ਼ ਬੱਚਾ ਨਹੀਂ ਹੋਣ ਦਿੱਤਾ, ਕਿਸੇ 'ਤੇ ਕੋਈ ਲੜਾਈ ਝਗੜਾ ਨਹੀਂ ਹੋਣ ਦਿੱਤਾ। ਅਸੀਂ ਰੋਜ਼ ਰਾਜੀਨਾਮਾ ਕਰਾਉਂਦੇ ਹਾਂ। ਸੋ ਸਾਡਾ ਇਹ ਕੰਮ ਨਹੀਂ ਗਾ। ਮੈਨੂੰ ਹੁਣ ਚੇਤਾ ਆਇਆ ਅੱਜ ਜਦੋਂ ਮੈਂ ਵੀਡੀਓ ਦੇਖੀ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਔਜਲਾ ਸਾਹਿਬ ਨੇ ਬਿਨਾਂ ਸੋਚੇ ਸਮਝੇ 2 ਚਲਾਤੇ ਸੀਗੇ। ਉਦੋਂ ਵੀ ਕਹਿੰਦੇ ਸੀ ਕਿ ਪਤਾ ਨਹੀਂ ਕਿਹੜੇ ਬੰਦੇ ਪੈ ਗਏ, ਕੁਛ ਸਾਈਕਲ ਮੋਟਰਸਾਈਕਲ ਰੈਲੀ ਜੀ ਮੈਨੂੰ ਬੰਦੇ ਪੈ ਗਏ। ਅੱਜ ਵੀ ਬਿਨਾਂ ਸੋਚੇ ਸਮਝੇ ਕਹਿਤਾ, ਨਾ ਕੋਈ ਗੱਲ ਨਾ ਕੋਈ ਬਾਤ। ਉਹ ਸਾਡਾ ਭਰਾਵਾ ਕੋਈ ਵਾਸਤਾ ਨਹੀਂ, ਮੋਟਾ ਕਹਿ ਤੂੰ ਕੰਮ ਕਰ ਆਪਣਾ ਇੱਥੇ ਜਿਹੜਾ ਕਰਨ ਵਾਲਾ। ਸਾਡਾ ਇਹੋ ਜਿਹੀਆਂ ਲੜਾਈਆਂ ਲੜੀਆਂ ਦਾ ਕੋਈ ਵਾਸਤਾ ਨਹੀਂਗਾ। ਮੈਂ ਅਫਸਰਾਂ ਨੂੰ ਕਿਹਾ ਕਿ ਜਿਹਨੇ ਵੀ ਇਹ ਕਾਰਵਾਈ ਕੀਤੀ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੋ, ਸਖ਼ਤ ਕਾਨੂੰਨੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ। ਜਿਹੜੇ ਵੀ ਮੁੰਡੇ ਆਪੋ 'ਚ ਲੜੇ ਆ, ਮੁੰਡਿਆਂ ਦੀ ਲੜਾਈ ਆ, ਮੁੰਡਿਆਂ ਨੇ ਇਹ ਝਗੜਾ ਕੀਤਾ ਆਪੋ 'ਚ, ਔਰ ਮੈਂ ਇਸ ਗੱਲ ਦੇ ਹੱਕ 'ਚ ਆ ਕਿ ਜਿਸ ਬੰਦੇ ਨੇ ਵੀ ਗੋਲੀ ਚਲਾਈ ਆ ਜਾਂ ਕੋਈ ਕਿਰਪਾਨ ਮਾਰੀ ਆ, ਕੁਛ ਮਾਰਿਆ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਪਰ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡਾ ਇਸ ਲੜਾਈ ਨਾਲ ਕੋਈ ਮਤਲਬ ਨਹੀਂ, ਨਾ ਅਸੀਂ ਕਦੀ ਲੜਾਈਆਂ 'ਚ ਪਏ ਹਾਂ, ਨਾ ਲੜਾਈਆਂ 'ਚ ਅਸੀਂ ਕਰਦੇ ਹਾਂ। ਮੈਂ ਫਿਰ ਦੁਬਾਰਾ ਕਹਿੰਦਾ ਕਿ ਉੱਗੋ ਦੌਲਕ ਦੇ ਵਿੱਚ ਮੇਰੀ ਕੋਈ ਰਿਸ਼ਤੇਦਾਰੀ ਨਹੀਂ। ਮੇਰਾ ਉੱਥੇ ਪਾਰਟੀ ਦਾ ਲੀਡਰ ਜਰਨੈਲ ਸਿੰਘ ਹੈ, ਜਿਹੜਾ ਪਿਛਲੇ 7-8 ਸਾਲ ਤੋਂ ਸਾਡੇ ਨਾਲ ਪਾਰਟੀ ਦਾ ਕੰਮ ਕਰਦਾ। ਸੋ ਭਰਾਓ, ਅਸੀਂ ਇੱਦਾਂ ਦੇ ਕੰਮ ਨਹੀਂ ਕਰਦੇ। ਇਹਨਾਂ ਕਾਂਗਰਸੀਆਂ ਦੀ ਇਹੋ ਜਿਹੀ ਮਤਲਬ ਜਿਹੜੀ ਘਟੀਆ ਸੋਚ ਇਹਨਾਂ ਕੋਲ ਰਵੇ ਅਤੇ ਸੋਚ ਸਮਝ ਗਏ, ਆਪਾਂ ਲੜਾਈ ਲੜਦੇ, ਪੋਲੀਟੀਕਲ ਲੜਾਈ ਲੜੀਏ। ਜੇ ਕੰਮ ਕੀਤੇ ਤਾਂ ਲੋਕਾਂ ਨੂੰ ਦੱਸੋ ਨਾ ਕਿ ਅਸੀਂ ਆਹ ਕੰਮ ਕੀਤੇ ਆ, ਸਾਡੇ ਤਾਂ ਕਹਿੰਦੇ ਦੋਸ਼ ਲਾਈ ਜਾਂਦੇ ਹੋ। ਸੋ ਮੈਂ ਇਹੋ ਜਿਹੀਆਂ ਲੜਾਈਆਂ ਲੜੀਆਂ ਦੇ ਵਿੱਚ ਨਹੀਂ ਪੈਂਦਾ ਜੀ। ਮੇਰਾ ਇਸ ਲੜਾਈ ਨਾਲ ਕੋਈ ਵਾਹ ਵਾਸਤਾ ਨਹੀਂ, ਲਾਗੇ ਦਾ ਵੀ ਨਹੀਂ, ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਇਹ ਲੋਕ ਕੌਣ ਆ, ਕੌਣ ਲੜਿਆ ਕੌਣ ਨਹੀਂ ਲੜੇ। ਮੈਂ ਤਾਂ ਅਫਸਰਾਂ ਨੂੰ ਜਦੋਂ ਮੈਨੂੰ ਪਤਾ ਲੱਗਾ ਮੈਂ ਉਸੇ ਲਈ ਕਾਲ ਕਰਕੇ ਕਿਹਾ ਕਿ ਸਖ਼ਤ ਕਾਨੂੰਨੀ ਕਾਰਵਾਈ ਕਰੋ। ਜਿਹੜੇ ਵੀ ਬੰਦੇ ਨੇ ਕੰਮ ਕੀਤਾ, ਜਿਹਦੀ ਲੜਾਈ ਹੋਈ ਆ, ਵੈਰੀਫਾਈ ਕਰੋ ਕਿ ਲੜਨ ਵਾਲੇ ਕੌਣ ਆ, ਜਿਹਦੇ ਸੱਟਾਂ ਲੱਗੀਆਂ ਉਹ ਕੌਣ ਆ, ਦੂਜੇ ਕੌਣ ਆ, ਇਹਨਾਂ ਦਾ ਵੈਰੀਫਾਈ ਕਰੋ, ਲੋਕਾਂ ਨੂੰ ਪਤਾ ਲੱਗੇ ਕਿ ਬੰਦੇ ਕੌਣ ਨੇ, ਇਹ ਕਾਂਗਰਸੀ ਆ ਕੌਣ ਆ ਕੌਣ ਨਹੀਂਗੇ, ਇੱਕ ਕੌਣ ਦੇ ਜਿਹੜੇ ਲੜਾਈਆਂ ਲੜਦੇ ਇੱਦਾਂ ਦੀਆਂ, ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਸੋ ਸਾਡਾ ਇਸ ਲੜਾਈ ਨਾਲ ਕੋਈ ਵਾਸਤਾ ਨਹੀਂ। ਮੈਂ ਇਹ ਗੱਲ ਜਿਹੜੀ ਆ ਕਲੀਅਰ ਕਰਨਾ ਚਾਹੁੰਦਾ ਜੀ, ਉਹ ਗੁਰਜੀਤ ਔਜਲੇ ਦੀ ਇਹ ਗੱਲ ਦੇ ਵਿੱਚ ਕੋਈ ਦਮ ਨਹੀਂ ਕਿ ਮੇਰੇ ਉੱਤੇ ਰਿਸ਼ਤੇਦਾਰ ਹੈ। ਗੁਰਜੀਤ ਔਜਲਾ ਸਾਬਤ ਕਰੇ ਕਿ ਮੇਰੇ ਉੱਤੇ ਰਿਸ਼ਤੇਦਾਰ, ਮੇਰੀ ਕੋਈ ਰਿਸ਼ਤੇਦਾਰੀ ਉਹ ਪਿੰਡ ਦੇ ਵਿੱਚ, ਮੇਰੀ ਪਾਰਟੀ ਦੇ ਵਰਕਰ ਆ ਗਏ ਆ, ਮੇਰੀ ਪਾਰਟੀ ਦਾ ਲੀਡਰ ਉੱਥੇ ਜਰਨੈਲ ਸਿੰਘ ਆ, ਸਾਡੀ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਅਜਨਾਲੇ ਦੇ ਹਰ ਪਿੰਡ ਦੇ ਵਿੱਚ ਜੂਟ ਹੈ। ਅਸੀਂ ਕਦੀ ਕੋਈ ਲੜਾਈਆਂ ਪੜਾਈਆਂ ਦੇ ਕੰਮ 'ਚ ਨਹੀਂ ਪੈਂਦੇ। ਬਸ ਮੈਂ ਇਹੀ ਬੇਨਤੀ ਕਰਦੀ ਸੀਗੀ ਕਿ ਸਾਡਾ ਇਸ ਲੜਾਈ ਨਾਲ ਕੋਈ ਵਾਹ ਵਾਸਤਾ